ਪੂਰਾ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਆਪਣੇ ਚੈਨਲ ਕਿੰਦੇ ਸੀਗੇ ਤੇ ਅੱਜ ਆਪਾਂ ਤੁਹਾਨੂੰ ਡੱਬ ਵਾਲੀ ਮੂਵੀ ਤੇ ਮੱਝਾਂ ਦਿਖਾਵਾਂਗੇ ਤੇ ਇਹਨਾਂ ਦੇ ਰੇਟ ਵਾਇਜ ਦਿਖਾਵਾਂਗੇ। ਸਾਡੇ ਚੈਨਲ ਤੇ ਪੇਨ ਫੋਲੋ ਜ਼ਰੂਰ ਕਰੋ ਤੇ ਇਹ ਦੇਖ ਸਕਦੇ ਹੋ ਜੇ ਮੱਝ ਸੁਣੀ ਆ ਜਿਹੜੇ ਮਗਰ ਕੱਟੀ ਆ ਜਿਹਦੇ ਆਪਾਂ ਰੇਟ ਪੁੱਛਿਆ ਸੀਗਾ ਤੇ ਦੁੱਧ ਵੀ ਪੁੱਛਿਆ ਸੀਗਾ। ਜਿਹੜਾ ਇਹ ਦੁੱਧ ਹੈਗਾ ਉਹ ਹੈਗਾ 12 ਲੀਟਰ ਤੇ ਇਹਦਾ ਰੇਟ ਸੀਗਾ ਭਾਈ ਸਿਆਂ 85,000 ਰੁਪਇਆ ਤੇ ਮਗਰ ਇਹਨੇ ਫੀਮੇਲ ਦਾ ਹੁਣ ਜਨਮ ਦਿੱਤਾ ਗਾ ਤੇ ਥਣ ਦੇਖ ਸਕਦੇ ਬਹੁਤ ਹੀ ਚੰਗੇ ਥਣ ਆ ਗਏ ਤੇ ਇੰਜ ਲੱਗਦਾ ਵੀ ਜਿਵੇਂ ਕਿਸੇ ਮਿਸਤਰੀ ਨੇ ਲਾਏ ਹੋਣਾ। ਦੇਖ ਲਓ ਵੀ ਇੱਕ ਮੱਝ ਹੋਰ ਸੀਗੀ ਇਹਨੇ ਬਈ ਬੁਰਾ ਕੱਟਾ ਦਿੱਤਾ ਜਾਂ ਤਾਂ ਸੀਮਣ ਤੇ ਜਾਂ ਮੱਝ ਜਗਾਉਣਾ ਗਾ ਤੇ ਇਹਦਾ ਆਡਾ ਵੀ ਕਲਰ ਵੀ ਰੂਸੀ ਦਾ ਕਲਰ ਆਗਾ ਕੋਈ ਪਿਓਰ ਬਲੈਕ ਨਹੀਂ ਹੈਗੀ ਤੇ ਗਾਂ ਵਾਲਾ ਵੀ ਲੈ ਕੇ ਚੱਲਦਾ ਸਾਨੂੰ ਆਪਾਂ ਗਾਂ ਵਾਲੇ ਵੀ ਦੇ ਵਿੱਚ ਲੈ ਕੇ ਚੱਲਦੇ ਹਾਂ ਤਾਂ ਮੱਝਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਕੱਟ ਸੀਗਾ ਜੇ ਆਪਾਂ ਦਿਖਾਉਂਦੇ ਆ ਤੁਹਾਨੂੰ ਤਾਂ ਇਹਦੇ ਵਿੱਚ ਲਾਇਵ ਸੌਦੇ ਹੋਈ ਜਾਂਦੇ ਆ ਸੌਦੇ ਵਿੱਚ ਆਪਾਂ ਕਿਹੜੀ ਬੰਦਾ ਕਹਿੰਦਾ ਵੀ ਸਾਡੇ ਵਿੱਚ ਬੋਲਦੇ ਨਹੀਂ ਹੁੰਦੇ ਪਰ ਫਿਰ ਵੀ ਜੇ ਕੋਈ ਆਪਾਂ ਰੇਟ ਪੁੱਛਿਆ ਸੀਗਾ ਇੱਕ ਮੀਣੀ ਮੱਝ ਦਾ ਪੁੱਛਿਆ ਸੀਗਾ ਆਪਾਂ ਇਹਦਾ 90,000 ਰੁਪਏ ਰੇਟ ਸੀਗਾ ਤੇ ਸੂਣ ਵਾਲੀ ਸੀਗੀ 10-12 ਦਿਨਾਂ ਦੀ ਕੱਚੀ ਸੀਗੀ ਤੇ ਪਹਿਲਾਂ ਝੋਟੀ ਆ ਜਿਵੇਂ ਹਨਾ ਤੇ ਇੱਧਰ ਨੀਲੀ ਰਾਵੀ ਦੀਆਂ ਝੋਟੀਆਂ ਅਕਸਰ ਹੀ ਇੱਥੇ ਚੰਗਾ ਮਾਹੌਲ ਹੁੰਦਾ ਗਾ ਤੇ ਆਹ ਨੀਲੀ ਰਾਵੀ ਹੈਗੀ 5 ਕਲਿਆਣ ਪੂਰੇ ਆ ਨੱਖਾਂ ਵੀ ਪੂਰੀਆਂ ਨੀਲੀਆਂ ਆ ਤੇ ਹੈਗੀਆਂ ਤੇ ਸੂਈ ਹੋਈ ਹੈਗੀ ਤੇ ਇਹ ਸਾਡੇ 12 ਲੀਟਰ ਦੁੱਧ ਹੈਗਾ ਤੇ ਉਹਦੇ ਵਿੱਚ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਹੋਰ ਵੀ ਜੇ ਕਿਸੇ ਨਾਲ ਆਪਾਂ ਗੱਲ ਕੀਤੀ ਤਾਂ ਗੱਲ ਵੀ ਕਰ ਦਿਖਾਵਾਂਗੇ ਵੀਡੀਓ ਵਿੱਚ ਤੇ ਹਾਈਟ ਦੇ ਬਾਰੇ ਗੱਲ ਕਰਦੇ ਆ ਵੀ ਆਪਾਂ ਹਾਈਟ ਮੱਝਾਂ ਦੀ ਨੋਰਮਲ ਹੀ ਹੈਗੀ ਜੇ ਕੋਈ ਵੱਡੀ ਮੱਝ ਹੋਈ ਤਾਂ ਇਹ ਲਾਈਵ ਸੌਦਾ ਹੋਈ ਜਾਂਦਾ ਹੈਗਾ ਤੇ ਦਿਖਾਉਣੇ ਆ ਤੁਹਾਨੂੰ ਤੇ ਪੂਰਾ ਪੂਰੀ ਖਿੱਚ ਖਿੱਚ ਹੋਈ ਜੀ ਪਾਸ ਕਰਾ ਕੇ ਐਂ ਕੰਮ ਹੁੰਦਾ ਵੀ ਉਹ ਭਾਤੀ ਆ ਗਈ ਥੱਲੇ ਤੇ ਚੈੱਕ ਕਰੀ ਜਾਂਦਾ ਗਾ ਤੇ ਪੂਰਾ ਰੌਲਾ ਰੱਪਾ ਪੈਂਦਾ ਗਾ ਕਈ ਵਾਰੀ ਅੜ ਜਾਂਦਾ ਹੁੰਦਾ ਕੰਮ ਇੱਕ ਜਿਵੇਂ ਗੱਭਣ ਮੱਝ ਦਾ ਅੜ ਗਿਆ ਸੀਗਾ ਪਹਿਲਾਂ ਹੁਣ ਇੱਥੇ ਫੇਰ ਅੜ ਗਿਆ। ਆਪਾਂ ਅੱਗੇ ਨੂੰ ਲੈ ਕੇ ਚੱਲਦੇ ਹਾਂਗੇ ਅੱਗੇ ਨੂੰ ਚੱਲਦੇ ਚੱਲਦੇ ਤੁਹਾਨੂੰ ਦਿਖਾਵਾਂਗੇ ਜਿਵੇਂ ਆਹ ਮੱਝ ਦੋ ਰੰਗ ਦੀ ਮੱਝ ਹੋਈ ਪਈ ਆ ਕਾਲੀ ਵੀ ਆ ਤੇ ਡੱਬੀ ਵੀ ਆ ਇਹਦੇ ਵਿੱਚ ਆਪਣਾ ਕੋਪਰ ਦੀ ਕਮੀ ਹੋ ਜਾਂਦੀ ਹੈ। ਅੱਛਾ ਆਪਾਂ ਸਟੈਂਬਿਡ ਜਾਂ ਕੋਮਿਕ ਇੰਜੈਕਸ਼ਨ ਲਗਾ ਸਕਦੇ ਹਾਂਗੇ ਜਿਹੜਾ ਕੋਮਿਕ ਚਾ ਉਹ ਅੱਗੇ ਜਿਹੜਾ ਹੁੰਦਾ ਗਾ ਉੱਥੇ ਲੱਗੂਗਾ ਪੋਲਾ ਜਿਹਾ ਹੁੰਦਾ ਗਾ ਮੇਰੇ ਧਿਆਨ ਦੇ ਵੇਲੇ ਕੀ ਕਹਿੰਦੇ ਹੁੰਦੇ ਜਿਵੇਂ ਆਹ ਮੱਝ ਆਓ ਤੇ ਦੂਜਾ ਸਟੈਂਡਰਡ ਵੈਸੇ ਲੱਗ ਜੂਗਾ 5 ML ਲੱਗੂਗਾ ਜਿਹਦੇ ਕਰਕੇ ਕੋਪਰ ਦੀ ਕਮੀ ਪੂਰੀ ਹੋਏਗਾ ਤੇ ਇੱਕੇ ਦਮ ਇਹ ਬਿਮਾਰੀ ਸਹੀ ਨਹੀਂ ਹੁੰਦੀ ਹੁੰਦੀ ਟਾਈਮ ਲੱਗਦਾ ਹੁੰਦਾ ਹੁੰਦਾ ਗਾ ਅਸੀਂ ਕਹਿੰਦੇ ਹਾਂ ਵੀ ਭਾਈ ਡਾਕਟਰ ਬੋਲ ਦੇ ਸਹੀ ਨਹੀਂ ਇੱਕੇ ਦਮ ਨਹੀਂ ਹੁੰਦੀ ਉਹ ਕਿਸੇ ਚੀਜ਼ ਦੀ ਡੈਫੀਸੀਸੀ ਹੋਈ ਆ ਹੌਲੀ ਹੌਲੀ ਪੂਰੀ ਹੋਊਗੀ ਤੇ ਇੱਧਰ ਵੀ ਚੰਗੀਆਂ ਚੰਗੀਆਂ ਮੱਝਾਂ ਗਈਆਂ ਤਾਂ ਮੱਝਾਂ ਦੇ ਵਿੱਚ ਕਾਫੀ ਪ੍ਰੋਬਲਮ ਹੁੰਦੀ ਆ ਵੀ ਭਾਰ ਪੈਣ ਲੱਗ ਗਿਆ ਉਹਦਾ ਆਪਾਂ ਹੀ ਟ੍ਰੀਟ ਕਰ ਸਕਦੇ ਹਾਂ ਇਹਨੂੰ ਖਾਣਾ ਪੀਣਾ ਘੱਟ ਕਰਦੇ ਜਾਂ ਥੋੜ੍ਹਾ ਮੌਤ ਨੂੰ ਕੋਈ ਹੋਮੋਪੈਥਿਕ ਦਵਾਈ ਦੇਵੇ ਹੋਮੋਪੈਥਿਕ ਜਿੰਨੇ ਵੀ ਟਾਈਪ ਦਾ ਭਾਰ ਹੁੰਦਾ ਆਪਾਂ ਦੱਸ ਕੇ ਕੋਈ ਵੀ ਬੰਦਾ ਪੁੱਛਦਾ ਆਪਾਂ ਹੋਮੋਪੈਥਿਕ ਦਵਾਈ ਦੱਸਦੇ ਹਾਂ ਉਹਨੂੰ ਭਾਰ ਦਾ ਕਿੰਨੇ ਟਾਈਪ ਦੀ ਹੈ ਤੇ ਇੱਕ ਇਹ ਮੱਝ ਹੈਗੀ ਰਾਜਸਥਾਨ ਤੋਂ ਆਈ ਹੈਗੀ ਦੂਜੇ ਸੂਏ ਹੈਗੀ ਥੋੜ੍ਹੀ ਵੀ ਨਹੀਂ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈ ਫੁੱਟ ਫੁੱਟ ਤੇ ਤਣ ਪਏ ਹੈਗੇ ਇੱਕ ਥੋੜ੍ਹਾ ਜਿਹਾ ਉੱਚਾ ਹੈਗਾ ਚਲਤੀ ਦਾ ਆਪਾਂ ਰੇਟ ਵੀ ਪੁੱਛਿਆ ਸੀਗਾ ਤੇ ਤਾਂ ਸਾਡਾ ਬੰਦਾ ਮੱਝ ਲੈ ਜਾਂਦਾ ਹੈਗਾ ਇਹ ਵਾਰ ਆਪਾਂ ਜ਼ਰੂਰ ਵੀ ਗੱਲਬਾਤ ਕਰਾਂਗੇ ਇਹਦੇ ਨਾਲ ਤੇ ਕਾਲੀ ਕਾਲੀ ਮੱਝ ਹੈਗੀ ਤੇ ਇਹ ਨੀਲੀ ਰਾਵੀ ਦੀ ਕ੍ਰੋਸ ਪੈਂਦੀ ਹੈਗੀ ਇੱਕ ਥੋੜ੍ਹਾ ਜਿਹਾ ਆਰਡਰ ਚੜ੍ਹਾਉਂਦੀ ਹੈਗੀ ਤੇ ਰੰਗ ਮੇਲਾ ਚੰਗਾ ਹੁੰਦਾ ਗਾ ਤੇ ਇੱਕ ਆਪਣਾ ਮੱਝ ਦਾ ਇਹਦਾ ਰੇਟ ਪੁੱਛਿਆ ਸੀਗਾ ਜਿਹੜੀ ਆ ਨੀਲੀ ਰਾਵੀ ਖੜੀ ਆ ਇਹਦਾ 95,000 ਸੀਗਾ ਇੱਕ ਆ ਪਿਓਰ ਨੀਲੀ ਰਾਵੀ ਖੜੀ ਆ ਇਹ ਆਹ ਵੀ ਇਹਦਾ ਸੀਗਾ 81,000 ਰੁਪਇਆ ਸੀਗਾ ਦੁੱਧ ਥੱਲੇ 11 ਲੀਟਰ ਸੀਗਾ ਤਿਆਰ ਆ
ਤੇ ਮਗਰ ਮੇਰੇ ਕਾਫ ਨੂੰ ਇਹਨੇ ਜਨਮ ਦਿੱਤਾ ਹੈਗਾ ਉਹ ਵੀ ਇਹਨੇ ਫੀ ਮੇਰੇ ਕਾਫ ਨੂੰ ਜਨਮ ਦਿੱਤਾ ਹੈਗਾ 94,000 ਰੇਟ ਸੀਗਾ ਤੇ ਇਹਦੇ ਵਿੱਚ ਆਪਾਂ ਦਿਖਾਉਣੇ ਹੈਗੇ ਹੁਣ ਤੁਹਾਨੂੰ ਅੱਗੇ ਚੱਲਦੇ ਹਾਂਗੇ ਤਾਂ ਇੱਕ ਗੱਲ ਹੋਰ ਦੇਖੀ ਆ ਵੀ ਇਹਦੇ ਵਿੱਚ ਬੁੜੀਆਂ ਵੀ ਆਉਂਦੀਆਂ ਹੈਗੀਆਂ ਜਿਹੜੀਆਂ ਖਰੀਦ ਪਰਚੇਜ ਕਰਨਾ ਲਗਾਗਾ ਤੇ ਚੰਗੀਆਂ ਚੰਗੀਆਂ ਕੁਆਲਿਟੀ ਦੀਆਂ ਮੱਝਾਂ ਤੇ ਰੌਣਕ ਮੇਲੇ ਹੁੰਦਾ ਹੈਗਾ ਜਿਵੇਂ ਅੱਜ ਹੁਣ ਰੌਣਕ ਮੇਲਾ ਲੱਗਿਆ ਹੈਗਾ ਕੱਲ੍ਹ ਨੂੰ ਕੱਲ੍ਹ ਨੂੰ ਰਾਮਪੁਰੇ ਮੰਡੀ ਹੈ ਜੇ ਹੋ ਸਕਦਾ ਅਸੀਂ ਲਾਈਵ ਆਵਾਂਗੇ ਜਾਂ ਵੀਡੀਓ ਸ਼ੂਟ ਕਰਨ ਲਈ ਜੇ ਥੋੜ੍ਹਾ ਬਹੁਤ ਕੰਮਾਂ 'ਚ ਬਿਜੀ ਹੋਏ ਜਾਂ ਸਾਡਾ ਕੋਈ ਪ੍ਰੈਕਟਿਕਲ ਉਹਦਾ ਹੋਇਆ ਤਾਂ ਫਿਰ ਸ਼ਾਇਦ ਨਾ ਆਇਆ ਜਾਵੇ ਅਤੇ ਆਪਾਂ ਉੱਥੋਂ ਤੁਹਾਨੂੰ ਸ਼ੋਟ ਲੈ ਕੇ ਦਿਖਾਵਾਂਗੇ ਥੋੜ੍ਹਾ ਜਿਹਾ ਤਾਂ ਉਹਦੇ ਵਿੱਚ ਇੱਕ ਆ ਬੂਰੀ ਮੱਝ ਹੈਗੀ ਬਹੁਤ ਹੀ ਚੰਗੀ ਹੈਗੀ ਬੂਰੀਆਂ ਮੱਝਾਂ ਬਹੁਤ ਘੱਟ ਗਈਆਂ ਪਰ ਇਹ ਹੈਗੀ ਹੈਗੀ ਅਤੇ ਸ਼ਾਂਤ ਸੁਭਾਅ ਦੀ ਹੁੰਦੀ ਹੈਗੀ ਜਿਵੇਂ ਦੂਜੀਆਂ ਹੋਈਆਂ ਥੋੜ੍ਹਾ ਜਿਹਾ ਅੱਜ ਵੀ ਖੁਰਗਾਂ ਹੁੰਦੀਆਂ ਇਹਨਾਂ ਦਾ ਸ਼ਾਂਤ ਸੁਭਾਅ ਹੁੰਦਾ ਹੈਗਾ ਲਾਈਵ ਦੇ ਵਿੱਚ ਆਪਾਂ ਹਟਾਉਣੇ ਹੈਗੇ ਇਹ ਦੇਖ ਲਓ ਕਹਿੰਦੇ ਖੜਦੀਆਂ ਨਹੀਂ ਮੱਝਾਂ ਇਕੱਲੇ ਰੱਸਿਆਂ 'ਤੇ ਖੜੀਆਂ ਹੈਗੀਆਂ ਥੱਲੇ ਵੀ ਕੋਈ ਛੋਟਾ ਜਿਹਾ ਰੱਸਾ ਹੀ ਹੁੰਦਾ ਹੈਗਾ ਉਹਨਾਂ 'ਤੇ ਖੜੀਆਂ ਨੇ ਇੱਕ ਵਾਰੀ ਲੰਮਾ ਵਿਊ ਦਿਖਾਉਣਾ ਤੁਹਾਨੂੰ ਜੇ ਕੋਈ ਚੈੱਕ ਕਰਨ ਦੀ ਹੋਈ ਜਿਵੇਂ ਕੋਈ ਬਿਮਾਰੀ ਆਉਂਦੀ ਹੈ ਜਾਂ ਕੁਛ ਵੀ ਆਉਂਦੀ ਹੈ ਤਾਂ ਵੈਕਸੀਨੇਸ਼ਨ ਜ਼ਰੂਰੀ ਹੁੰਦੀ ਹੈ FMD ਦੀ ਲੱਗੀ ਜਾਂਦੀ ਹੈ ਤਾਂ ਜ਼ਰੂਰ ਲਵਾਓ ਤਾਂ ਕਰਕੇ ਆਪਾਂ ਇਹਦੀਆਂ ਬਿਮਾਰੀਆਂ ਤੋਂ ਬਚ ਸਕੀਏ ਇਹਦੇ ਕਾਰਨ ਆਪਣਾ ਵੀ ਡੇਅਰੀ ਫਾਰਮ ਦਾ ਜਾਂ ਆਪਣਾ ਕਿਤੇ ਦਾ ਕੋਈ ਨੁਕਸਾਨ ਹੋਵੇ ਤਾਂ ਧੰਨਵਾਦ ਆ ਤੁਹਾਡਾ ਜਿਹੜੇ ਜਿਹੜੇ ਭਰਾ ਸਾਡੀ ਵੀਡੀਓ ਦੇਖਦੇ ਹੁੰਦੇ ਆ ਇੱਕ ਵਾਰ ਫਿਰ ਅਸੀਂ ਤੁਹਾਨੂੰ ਬੇਨਤੀ ਕਰਕੇ ਦੱਸਦੇ ਹਾਂ ਵੀ ਸਾਡਾ ਪੁਰਾਣਾ ਚੈਨਲ ਸੀਗਾ ਉਹ ਪ੍ਰੋਬਲਮ ਆ ਕਰਕੇ ਕਿਸੇ ਨੇ ਸਾਨੂੰ ਬੰਦ ਕਰਨਾ ਪੈ ਗਿਆ ਤਾਂ ਮੇਰੇ ਆਪਦੇ ਨਾਂ 'ਤੇ ਚੱਲਦਾ ਹੈਗਾ ਕਹਿੰਦਾ ਸੀ ਵੀ ਅਤੇ ਬਹੁਤ ਚੰਗੀ ਚੰਗੀ ਕੁਆਲਿਟੀ ਦੀਆਂ ਮੱਝਾਂ ਹੈਗੀਆਂ ਦੇਖ ਸਕਦੇ ਹੋ ਇੱਕ ਚੰਗੀ ਮੱਝ ਆ ਪੂਰੇ ਕੁੰਡੇ ਸਿੰਗ ਹੈਗੇ ਇੱਧਰ ਝੋਟੀ ਹੈਗੀ ਪੂਰੀ ਵਧੀਆ ਗ੍ਰੇਡ ਦੀ ਹੈਗੀ ਅਤੇ ਵੀਡੀਓ ਦੇ ਅੰਤ ਵਿੱਚ ਸਾਨੂੰ ਇੰਨੀ ਕਹਾਂਗੇ ਧੰਨਵਾਦ ਸਾਡਾ ਜਿਹੜੇ ਸਾਡੇ ਵੀਡੀਓ ਨਾਲ ਜੁੜਦੇ